ਇਹ ਦੀ ਜਿਹੜਾ ਇਸ ਤਰ੍ਹਾਂ ਹੈਗਾ ਜੀ ਇਹ 25 ਫੁੱਟ ਲੰਬਾ ਹੈ 11 ਫੁੱਟ ਚੌੜਾ ਹੈ ਇਹ ਤਾਂ ਫਿਰ ਉਹ ਜਿਹੜੀਆਂ ਝੋਨੇ ਵੇਲੇ ਥੱਬੀਆਂ ਹੀ ਲਾਦੇ ਹੁੰਨੇ ਆ ਜਿਹੜੀਆਂ ਉਹ ਲੱਦਣ ਵਾਲੇ ਤੇ ਹੀ ਫਿੱਟ ਕਰੇ ਹਾਂਜੀ ਹਾਂਜੀ ਬਸ ਆਪਾਂ ਉਹ ਜਿਹੜਾ ਝੋਨੇ ਵੇਲੇ ਉਹ ਬਨ ਕੇ ਪਰਾਲੀ ਜੀ ਦੀਆਂ ਲਈ ਜਾਂਦੇ ਉਹਨਾਂ ਛੜਕਾਂ ਤੇ ਉਹੀ ਤਿਆਰ ਕਰ ਲਿਆ ਜੀ ਆਪਾਂ ਦਾ ਇਹ ਕਿੰਨੇ ਚ ਪਿਆ ਸਾਰਾ ਇਹ ਜੀ ਬਿਨਾ ਉਹ ਤੋਂ ਆਪਾਂ ਦਾ 2 ਲੱਖ ਰੁਪਈਆ ਲੱਗ ਗਿਆ ਜੀ ਇਹਦੇ ਵਿੱਚ ਏਸੀ ਵੀ ਆ ਉਹ ਲਰਬੀਆ ਬਾਰੀਆਂ ਵੀ ਆ ਬਾਰੀਆਂ ਤਾਂ ਵੀ ਜੇ ਹਨਾ ਵੈਂਟੀਲੇਸ਼ਨ ਵੀ ਹੁੰਦੀ ਰਹੇ ਕੋਈ ਹੰਮਤ ਸਾਲਾ ਹਸਾਬ ਨਹੀਂ ਸਾਰੀਆਂ ਚੀਜ਼ਾਂ ਪ੍ਰੋਪਰ ਆ ਮੈਂ ਆਇਆ ਸੀਗਾ ਪਿਛਲੇ ਸਿਆਲ ਦੇ ਹਿਸਾਬ ਨਾਲ ਮੈਂ 26 ਜਨਵਰੀ ਵਾਲੇ ਦਿਨ ਇੱਥੇ ਸੀ ਉਦੋਂ ਮੱਛਰ ਹੈ ਨਹੀਂ ਸੀ ਠੰਡ ਸੀ ਆਪਾਂ ਅੱਗੇ ਪੈ ਗਏ ਤੇ ਜਦੋਂ ਮੈਂ 11 3 ਨੂੰ ਇੱਥੇ ਆਇਆ ਤੇ ਮੇਰੇ ਮੱਛਰ ਇੰਨਾ ਕਿ ਲੜਿਆ ਵੀ ਜਿੰਨਾ ਤੁਸੀਂ ਪੁੱਛੋ ਨਾ ਇੰਨਾ ਇੰਨਾ ਪਿੰਡਾ ਸੁੱਜ ਗਿਆ ਥੱਫੜੀ ਹੋ ਗਏ ਤੇ ਪਿੰਡ ਜਾ ਕੇ ਸਾਰਿਆਂ ਤੋਂ ਪਹਿਲੀ ਬਾਈਕਰ ਨੇ ਇਹੀ ਮੰਨ ਕੇ ਸੋਚ ਲਿਆਂਦੇ ਵੀ ਜੇ ਮੇਰੇ ਲੜਿਆ ਤੇ ਮੇਰੇ ਚਾਚੇ ਦਾਦੇ ਜਿਹੜੇ ਬਾਪੂ ਬਜ਼ੁਰਗੋ ਉੱਥੇ ਰਹਿੰਦੇ ਆ ਉਹਨਾਂ ਦੇ ਵੀ ਲੜਦਾ ਹੂੰ ਇਸ ਕਰਕੇ ਬਸ ਜਾ ਕੇ ਮਹਾਰਾਜ ਨੇ ਇੰਨੀ ਕੁ ਸੋਚ ਬਖਸ਼ੀ ਤੇ ਆਪਾਂ ਜਾ ਕੇ ਟਰਾਲਾ ਤਿਆਰ ਕਰ ਲਿਆ ਤੇ ਮੇਰਾ ਸਵਾਲ ਫਿਰ ਰਿਹਾ ਪੈਂਦੇ ਕਿੰਨੇ ਜਾਣੇ ਆ ਇਹ ਚ ਜੇ ਮੰਨ ਲਓ ਕੋਈ ਸਾਨੂੰ ਸਾਹ ਕਿਸੇ ਨੂੰ ਕੋਈ ਦੇ ਦੋ ਮਾਰੀ ਇਹਦੇ ਤੇ ਘਟੋ ਘਟ ਘਟੋ ਘਟ 30 ਬੰਦੇ ਪੈ ਜਾਣਗੇ ਜੇ ਇਹ ਟੇ ਟੇ ਏ ਬਾਈ ਕਿੰਨੀ ਦੇਰ ਇੱਥੇ ਖੜਾ ਰੂੰਗਾ ਪੂਰੀ ਗਰਮੀ ਗਰਮੀ ਰੂ ਇਹ ਜਿੰਨਾ ਚਿਰ ਮੋਦੀ ਤੋਂ ਆਪਾਂ ਹਲਕੇ ਦੇ ਡੰਡਾ ਦਿੰਦੇ ਨਹੀਂ ਜੀ ਉਹਨਾਂ ਚਿਰ ਇੱਥੇ ਰੂ ਏ ਉਸ ਤੋਂ ਬਾਅਦ ਪਿੰਡ ਨੂੰ ਹੀ ਦੇ ਦੇਣਾ ਵੀ ਤੁਸੀਂ ਵਰਤੋ ਜਿਵੇਂ ਵਰਤਣਾ ਤੁਸੀਂ ਜੁੜੇ ਹੋਏ ਹੋ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਵੀਆ ਬਹੁਤ ਸਾਰੇ ਪਿੰਡ ਇਹੋ ਜਿਹੇ ਆ ਜਿੱਥੋਂ ਕੋਈ ਬੰਦਾ ਨਹੀਂ ਆਇਆ ਬਹੁਤ ਸਾਰੇ ਪਿੰਡ ਇਹੋ ਜਿਹੇ ਆ ਜਿੱਥੋਂ ਬਹੁਤ ਲੋਕ ਆਏ ਆ ਪਰ ਆ ਪਿੰਡ ਨੇ ਰਿਕਾਰਡ ਹੀ ਬਣਾਤਾ ਪਿੰਡ ਦਾ ਨਾਮ ਹੈ ਜੀ ਮੈਸਟਰਖਾਨਾ ਬਠੰਡੇ ਜ਼ਿਲ੍ਹੇ ਦਾ ਪਿੰਡ ਆ ਮੇਲਾ ਬਹੁਤ ਵੱਡਾ ਲੱਗਦਾ ਬਹੁਤ ਲੋਕ ਜਾਂਦੇ ਆ ਹਨਾ ਲੱਗਦਾ ਨਾ ਬਾਈ ਮੇਲਾ ਹਨਾ ਓਡੇ ਪਿੰਡ ਵਾਲਾ ਬਾਵਾ ਮਸ਼ਹੂਰ ਵੀ ਆ ਬਹੁਤ ਬਹੁਤ ਹਨਾ ਹਾਂ ਬਿਲਕੁਲ ਜੀ ਬਿਲਕੁਲ ਇਹ 18 ਅਪ੍ਰੈਲ ਦਾ ਜੀ ਅਪ੍ਰੈਲ 18 ਨੂੰ ਹੁੰਦਾ ਉਹ ਹਾਂਜੀ ਹਾਂ ਤੇ ਉਹ ਕਾਫੀ ਮਸ਼ਹੂਰ ਆ ਅੱਛਾ ਪਿੰਡ ਤੋਂ ਕਿੰਨੇ ਕ ਜਣੇ ਆਏ ਆ ਅਸੀਂ ਪਿੰਡ ਤੋਂ ਵੀਰ ਅੱਜ ਅੱਜ ਦੀ ਮੈਂ ਗੱਲ ਦੱਸਾਂ ਅਸੀਂ 15 ਜਣੇ ਆਏ ਆ ਅੱਜ ਅੱਜ ਜੀ ਪਿੰਡ ਇਥੋਂ ਤੇ ਬਾਕੀ ਰਹਿੰਦੇ 50 ਬੰਦੇ ਸਾਡੇ ਇੱਥੇ ਰਹਿੰਦੇ ਰਹਿੰਦੇ ਹੈਗੇ ਡੇਲੀ ਦਾ ਕੰਮ ਹੈ ਅੱਛਾ ਮੈਨੂੰ ਆਪ ਬਾਜੀ ਦੱਸਦਾ ਸੀ ਬਾਕੀ ਬਾਰਡਰਾਂ ਤੇ ਵੀ ਹੁੰਦੇ ਆ ਨਹੀਂ ਐਸੇ ਬਾਰਡਰ ਤੇ ਤਿੰਨ ਜਗ੍ਹਾ ਤੇ ਬੈਠੇ ਆ ਵੀਰ ਆਪਾਂ ਕਿੱਥੇ ਕਿੱਥੇ ਇੱਕ 800 ਨੰਬਰ ਮੈਟਰੋ ਵਾਲੇ ਬੋਲ ਤੇ ਇੱਕ ਇੱਥੇ ਆ ਇੱਕ ਆਪਣੇ ਗੁਰਦੁਆਰੇ ਵਾਲੇ ਆ ਤਿੰਨਾ ਅਸੀਂ ਇਕੱਠੇ ਮਦਰ ਇਹ ਆਉਣ ਯਾਨੀ ਸਾਡੀ ਇਕੱਠੀ ਆਪਾਂ ਜਿੱਥੇ ਬੰਦਿਆ ਡਵਾਡਾ ਪਰ ਮੇਲ ਵਰਤਨ ਸਾਡਾ ਇਕੱਠਾ ਹੀ ਆ ਆ ਚਲੋ ਜਿੱਥੇ ਬੰਦੀ ਜਿਹੜੀ ਮਰਜੀ ਚ ਹੋਵੇ ਉਹ ਬੰਦੇ ਦਾ ਮਨ ਆ ਜਿੱਥੇ ਪਰ ਵੀ ਉਂ ਵੀ ਪਿੰਡ ਦੇ ਤਾਂ ਯਾਰ ਇੰਨੇ ਜਣੇ ਰਿਕਾਰਡ ਵਾਲੀ ਗੱਲ ਹੋਊਗੀ ਬਿਲਕੁ ਪੱਦਰ ਤੇ ਕੋਈ ਆਉ ਨਹੀਂ ਜਥੇਬੰਦੀ ਨਾਲ ਜੇ ਜੋ ਵੀ ਬੰਦਾ ਸਾਡਾ ਕਿਸੇ ਜਥੇਬੰਦੀ ਨਾਲ ਹੈ ਹਰ ਇੱਕ ਜਗ੍ਹਾ ਤੇ ਤਿੰਨਾਂ ਜਗ੍ਹਾ ਤੇ ਹਾਜ਼ਰੀ ਅਸੀਂ ਜ਼ਰੂਰ ਲਗਾਉਣੀ ਹੈ ਨਹੀਂ ਉਹ ਮੈਂ ਮੈਂ ਜਿਹੜੀ ਗੱਲ ਪੁੱਛਦਾ ਸੀ ਨਾ ਵੀ ਅ ਬਾਕੀ ਪਿੰਡਾਂ ਦੇ ਨਾਲੋਂ ਜੇ ਤੁਸੀਂ ਹਿਸਾਬ ਕੱਢੋ ਕਿੰਨੀ ਵੋਟ ਹੈ ਤੁਹਾਡੇ ਪਿੰਡ ਦੀ 4500 ਵੋਟ ਹੈ 4500 ਵੋਟ ਦੇ ਹਿਸਾਬ ਨਾਲ ਤਾਂ ਬਹੁਤ ਲੋਕ ਆ ਗਏ ਹਾਂ ਹਾਂ ਜੀ ਬਹੁਤ ਲੋਕ ਆਉਂਦੇ ਜੀ ਬਹੁਤ ਆਉਂਦੇ ਹਾਂ ਕੋਈ ਬਾਜ਼ੀਆਂ ਬੁਰੀਆਂ ਵੀ ਬਣੀਆਂ ਤੁਸੀਂ ਆਹ ਬਾਈ ਤਾਂ ਮੈਂ ਨਵਾਂ ਦੇਖਿਆ ਤੂੰ ਕਹਿੰਦੇ ਐ ਮੈਂ ਇਹ ਕਰ ਲੈ ਆਂ ਠੀਕ ਆ ਬਾਈ ਆ ਮੈਂ ਤਾਂ ਹੀ ਦੇਖਿਆ ਨਾ ਵੈਸੇ ਮੈਂ ਤੁੱਕਾ ਹੀ ਛੱਡਿਆ ਸੀਗਾ ਬਾਈ ਉਹ ਵੀ ਮੰਨ ਗਿਆ ਮੈਨੂੰ ਤਾਂ ਭਾਵੇਂ ਬਾਈ ਟਾਰਗੇਟ ਜਿਆਦੇ ਹੈ ਜੀ ਹਣਾ ਸਾਡੇ ਲਈ ਤਾਂ ਘੱਟ ਹੀ ਹੈ ਜਿਵੇਂ ਸਾਡੇ ਪਿੰਡ ਦੀ 4500 ਵੋਟ ਹੈ ਜਿੱਦੇ ਸਾਡੇ ਪਿੰਡ ਦੇ ਵਿੱਚੋਂ ਇੱਥੇ 500 ਬੰਦਾ ਬੈਠਾ ਹੋਇਆ ਜਾਂ 1000 ਬੰਦਾ ਬੈਠਾ ਹੋ ਸਾਨੂੰ ਦਾ ਸੰnuxtjsਦੀ ਉਹਦੀ ਆਉ 35 3500 ਪਿੰਡ ਵੋਟ ਵਾਲੇ ਇੱਕ ਪਿੰਡ ਨੂੰ ਮਿਲਿਆ ਉਹਨਾਂ ਦੇ ਤਿੰਨ ਬੰਦੇ ਆ ਇੱਥੇ ਦੱਸੋ ਕੀ ਕਰ ਲਾਂਗੇ ਇਹ ਪਿੰਡ ਦਾ ਮਤਲਬ ਫਿਰ ਵੀ ਬਹੁਤ ਵੱਡੀ ਗੱਡ ਹੈ ਪਿੰਡ ਦੇ ਵਿੱਚ ਵੀ ਨਾ ਕਾਲੀ ਕਾਂਗਰਸ ਹੀ ਆਪ ਹੈਗੀ ਸੀ ਪਹਿਲਾਂ ਪਰ ਅੱਜ ਦੇ ਟਾਈਮ 'ਚ ਉਹ ਸਾਰਾ ਕੁਝ ਛੱਡਤਾ ਸੀ ਹੁਣ ਤਾਂ ਅਸੀਂ ਇੰਨਾ ਵਿੱਚ ਹੀ ਜੁੜੇ ਹੋਏ ਆਂ ਸਾਰੇ ਜਿੱਦੇ ਸਾਡੇ ਪਿੰਡ ਵਿੱਚੋਂ 500 ਬੰਦਾ ਇੱਥੇ ਹੋਇਆ ਉਹਦੇ ਸਾਨੂੰ ਲੱਗੂ ਵੀ ਹਾਂ ਅਸੀਂ ਅੰਦੋਲਨ ਵਿੱਚ ਆਏ ਆਂ ਬਹੁਤ ਵੱਡੀ ਗੱਲ ਆ ਤੇ ਹੁਣ ਜਿਹੜੇ ਆਪਾਂ ਥਾਂ ਤੇ ਬੈਠੇ ਆ ਨਾ ਇਹ ਪੂਰਾ ਸਿਸਟਮ ਢਾਂਚਾ ਪੈਣ ਵਾਲਾ ਇੱਥੇ ਬਹੁਤ ਲੋਕਾਂ ਨੂੰ ਪੈਣ ਦੀ ਦਿੱਕਤ ਸੀਗੀ ਹੈਗੀ ਵੀ ਆ ਰਹੂਗੀ ਵੀ ਬਾਈ ਸੰਘਰਸ਼ ਵਿੱਚ ਆਏ ਆਂ ਕੋਈ ਆਪਾਂ ਇੱਥੇ ਆਏ ਵੀ ਨਹੀਂ ਦੇਖਣਾ ਆਏ ਵੀ ਆਪਾਂ ਬਾਹਲੇ ਸੋਹਣੇ ਥਾਂ ਤੇ ਰਹਿਣਾ ਪਰ ਜੇ ਮਿਲ ਜੇ ਕੋਈ ਬਣਾਵੇ ਤਾਂ ਇਹ ਵੀ ਬਹੁਤ ਵੱਡੀ ਗੱਲ ਆ ਆਪਾਂ ਆਹ ਟਰਾਲੇ ਦੇ ਵਿੱਚ ਬੈਠੇ ਆ ਤੇ ਆਹ ਬਾਈ ਨੇ ਉਹ ਤਿਆਰ ਤਿਆਰ ਕਰਵਾਇਆ ਇਹ ਪੂਰਾ ਬਾਈ ਨਾਮ ਜ਼ਰੂਰ ਦੱਸਿਓ ਪਹਿਲਾਂ ਵੀ ਗੱਲ ਹੋ ਗਈ ਪਰ ਮੈਂ ਨਾਮ ਪੁੱਛਣਾ ਭੁੱਲ ਗਿਆ ਬਾਈ ਜੀ ਮੇਰਾ ਨਾਮ ਹੈਗਾ ਅਮਨਦੀਪ ਸਿੰਘ ਜੀ ਬਾਈ ਥੋੜਾ ਜਿਹਾ ੱਚੀ ਬੋਲਣਾ ਮੇਰਾ ਨਾਮ ਹੈਗਾ ਜੀ ਅਮਨਦੀਪ ਸਿੰਘ ਅਮਨ ਬਾਈ ਇਹ ਕਿੰਨੇ ਬੈੱਡ ਲੱਗਦੇ ਆ ਇਹਦੇ ਵਿੱਚ ਇਹ ਦੀ ਜਿਹੜਾ ਇਸ ਤਰ੍ਹਾਂ ਹੈਗਾ ਜੀ ਇਹ 25 ਫੁੱਟ ਲੰਬਾ ਹੈ 11 ਫੁੱਟ ਚੌੜਾ ਜੀ ਇਹ ਤਾਂ ਫਿਰ ਉਹ ਜਿਹੜੀਆਂ ਝੋਨੇ ਵੇਲੇ ਥੱਬੀਆਂ ਹੀ ਲਾਦੇ ਹੁੰਨੇ ਆ ਜਿਹੜੀਆਂ ਉਹ ਲੱਦਣ ਵਾਲੇ ਤੇ ਹੀ ਫਿੱਟ ਕਰਾਏ ਹਾਂਜੀ ਹਾਂਜੀ ਬਸ ਆਪਾਂ ਉਹ ਜਿਹੜਾ ਝੋਨੇ ਵੇਲੇ ਉਹ ਬੰਨ ਕੇ ਪਰਾਲੀ ਜੀ ਦੀਆਂ ਲਈ ਜਾਂਦੇ ਉਹਨੀਆਂ ਸੜਕਾਂ ਤੇ ਉਹੀ ਤਿਆਰ ਕਰ ਲਿਆ ਜੀ ਆਪਾਂ ਦਾ ਇਹ ਕਿੰਨੇ ਚ ਪਿਆ ਸਾਰਾ ਇਹ ਜੀ ਬਿਨਾ ਉਹ ਤੋਂ ਆਪਾਂ ਦਾ 2 ਲੱਖ ਰੁਪਈਆ ਲੱਗ ਗਿਆ ਜੀ ਤੇ ਇਹਦੇ ਵਿੱਚ ਏਸੀ ਵੀ ਆ ਕੂਲਰ ਵੀ ਆ ਹਾਂਜੀ ਬਾਰੀਆਂ ਵੀ ਆ ਬਾਰੀਆਂ ਤਾਂ ਵੀ ਜੇ ਹਨਾ ਵੈਂਟੀਲੇਸ਼ਨ ਵੀ ਹੁੰਦੀ ਰਹੇ ਕੋਈ ਹੰਮਸ ਵਾਲਾ ਹਿਸਾਬ ਨਹੀਂ ਸਾਰੀਆਂ ਚੀਜ਼ਾਂ ਪ੍ਰੋਪਰ ਆ ਆਈਡੀਆ ਕਿਦਾ ਸੀ ਵੀ ਐ ਬਣਾ ਕੇ ਆਈਡੀਆ ਤਾਂ ਜੀ ਮੇਰੇ ਪਿੰਡ ਦੇ ਜਿਹੜੇ ਮੋਤਵਾਰ ਬੰਦੇ ਆ ਉਹਨਾਂ ਦੇ ਹੀ ਸੀ ਆਪਾਂ ਤਾਂ ਚਲੋ ਮੈਂ ਨਾ ਇੱਥੇ 11 ਤਰੀਕ ਨੂੰ ਆਇਆ ਸੀ 11 ਤੰਨ ਨੂੰ ਜੀ ਉਸ ਦਿਨ ਮੈਂ ਆਇਆ ਮੈਂ ਆਇਆ ਸੀਗਾ ਪਿਛਲੇ ਸਿਆਲ ਦੇ ਹਿਸਾਬ ਨਾਲ ਮੈਂ 26 ਜਨਵਰੀ ਵਾਲੇ ਦਿਨ ਇੱਥੇ ਸੀ ਉਦੋਂ ਮੱਛਰ ਹੈ ਨਹੀਂ ਸੀ ਠੰਡ ਸੀ ਆਪਾਂ ਆ ਕੇ ਪੈ ਗਏ ਤੇ ਜਦੋਂ ਮੈਂ 11 ਤਿੰਨ ਨੂੰ ਇੱਥੇ ਆਇਆ ਤੇ ਮੇਰੇ ਮੱਛਰੇ ਇੰਨਾ ਕੁ ਲੜਿਆ ਵੀ ਜਿੰਨਾ ਤੁਸੀਂ ਪੁੱਛੋ ਨਾ ਇੰਨਾ ਇੰਨਾ ਪਿੰਡਾ ਸੁੱਜ ਗਿਆ ਥੱਫੜੀ ਹੋ ਗਏ ਤੇ ਪਿੰਡ ਜਾ ਕੇ ਸਾਰਿਆਂ ਤੋਂ ਪਹਿਲੀ ਵਾਇਗਰੂ ਨੇ ਇਹੀ ਮਨ ਚ ਸੋਚ ਲਿਆਂਦੀ ਵੀ ਜੇ ਮੇਰੇ ਲੜਿਆ ਤੇ ਮੇਰੇ ਚਾਚੇ ਤਾਏ ਜਿਹੜੇ ਬਾਪੂ ਬਜ਼ੁਰਗ ਉਥੇ ਰਹਿੰਦੇ ਉਹਨਾਂ ਦੇ ਵੀ ਲੜਦਾ ਹਾਂ ਇਸ ਕਰਕੇ ਬਸ ਜਾ ਕੇ ਮਹਾਰਾਜ ਨੇ ਇੰਨੀ ਕੁ ਸੋਚ ਬਖਸ਼ੀ ਤੇ ਆਪਾਂ ਜਾ ਕੇ ਟਰਾਲਾ ਤਿਆਰ ਕਰਾ ਲਏ ਤੇ ਮੇਰਾ ਸਵਾਲ ਫਿਰ ਰਿਹਾ ਪੈਂਦੇ ਕਿੰਨੇ ਜਣੇ ਆ ਇਹ ਚ ਜੇ ਮੰਨ ਲਓ ਕੋਈ ਸਾਨੂੰ ਸਾਫ ਕਿਸੇ ਨੂੰ ਕੋਈ ਦੇ ਦੋ ਮਰਜ਼ੀ ਇਹਦੇ ਚ ਘਟੋ ਘਟ ਕਟੋ ਘਟ 30 ਬੰਦੇ ਪੈ ਜਾਣਗੇ ਜੇ ਇਹ ਟਾਈਮ ਇੱਕ ਟਾਈਮ ਇੱਕ ਕੋਈ ਟਾਈਮ ਦੇ ਉੱਤੇ 30 ਜਣੇ ਹਨਾ ਆਰਾਮ ਦੇ ਨਾਲ ਪੈ ਜਾਂਦੇ ਆ ਤੇ ਆ ਨਹੀਂ ਕੋਈ ਗੱਲ ਨਹੀਂ ਸੌਰੀ ਵਾਲੀ ਕੀ ਚੱਲਦਾ ਇਹ ਪੂਰਾ ਇਹ ਚ ਤਾਂ ਖੁੱਲਾ ਹੀ ਕੰਮ ਆ ਬਾਈ ਤੇ ਅੱਛਾ ਕੋਈ ਇੱਥੋਂ ਜਿਹੜੇ ਬੰਦੇ ਰੈਗੂਲਰ ਕੌਣ ਰਹਿੰਦਾ ਇੱਥੇ ਜ਼ਿਆਦਾ ਕੌਣ ਰਹਿੰਦੇ ਆ ਬੰਦੇ ਇਹ ਬਾਈ ਰਹਿੰਦਾ ਪਹਿਲਾਂ ਨਾਲੋਂ ਫਿਰ ਸੌਖਾ ਹੋਇਆ ਕੰਮ ਦਾ ਹਾਂਜੀ ਬਹੁਤ ਵਧੀਆ ਸੌਖਾ ਹੋ ਗਿਆ ਜੀ ਪਹਿਲਾਂ ਮੱਛਰ ਬਹੁਤ ਸੀਗਾ ਇੱਥੇ ਜਾਦੇ ਸੀਗਾ ਇਹ ਬਾਈ ਨੇ ਜਦੋਂ ਟਰਾਲਾ ਤਿਆਰ ਕੀਤਾ ਸੀ ਦੋ ਰਾਤਾਂ ਹੋ ਗਿਆ ਸਾਨੂੰ ਇਹ ਚ ਪੈਂਦੇ ਨੂੰ ਕਿਸੇ ਪ੍ਰਕਾਰ ਦੀ ਕੋਈ ਤਕਲੀਫ ਨਹੀਂ ਆਈ ਪੂਰਾ ਹੀ ਮੱਛਰ ਨਹੀਂ ਲੜਦਾ ਅੱਛਾ ਹੁਣ ਮੈਂ ਆਉਣਾ ਥੋੜਾ ਇੱਥੇ ਹਨਾ ਮੱਛਰ ਦਾ ਤਾਂ ਚਲੋ ਹੈਗਾ ਹੀ ਹੈਗਾਗਾ ਪਰ ਯਾਰਾ ਪਿੰਡ ਵਾਲਾ ਕਮਾਲ ਕਿਵੇਂ ਕਰਤਾ ਇੰਨਾ ਇੱਕਾ ਕਿਵੇਂ ਦਿਖਾ ਗਏ ਤੁਸੀਂ ਮਤਲਬ ਥੋੜੀ ਤਾਂ ਕੋਈ ਫੋਟੋ ਫੁੱਟੋ ਲੱਗਣੀ ਚਾਹੀਦੀ ਆ ਪਿੰਡਾਂ 'ਚ ਸਾਰਿਆਂ ਦੀ ਜਣਿਆਂ ਦੀ ਯਾਰ ਮੇਰਾ ਬੱਸ ਟੱਲੇ ਮੈਂ ਤਾਂ ਹਰ ਇੱਕ ਪਿੰਡ ਚ ਲਾ ਲਾਂ ਵੀ ਇਹ ਤਾਂ ਜਮਾ ਜ਼ਰਾ ਇਬਰੇ ਇੱਕਾ ਦਾ ਵੀਰ ਫੇਰ ਇਹ ਇੰਦੋਲਣ ਜਿੱਤਿਆ ਜਊ ਜੇ ਇੱਕੇ ਰੱਖਾਂਗੇ ਅਸੀਂ ਕੋਈ ਵੀ ਜਥੇ ਹੁੰਦੀਆਂ ਕੁਝ ਵੀ ਅਸੀਂ ਉਹਨੂੰ ਪਿੱਛੇ ਆ ਅਸੀਂ ਹਰ ਇੱਕ ਕੋਲੇ ਜਾਂਦੇ ਆਉਣੇ ਆ ਉਹ ਉਧਰ ਬੈਠਿਆ ਕੋਈ ਇਧਰ ਬੈਠਿਆ ਅਸੀਂ ਮਿਲਵਤਨਾ ਆਪਣਾ ਰੱਖਣਾ ਉਹਦੀ ਤਾਂ ਸਵੇਰੇ ਟਰੈਕਟਰ ਲੈ ਕੇ ਜਾਣਾ ਉਧਰ ਹੀ ਆਪਣੇ ਜਿਹੜੇ 800 ਬੋਲ ਤੇ ਬੈਠਿਆ ਮੈਟਰ ਉਹਨਾਂ ਸਮਾਨ ਵੀ ਪਿੰਡ ਲੈ ਕੇ ਜਾਵਾਂਗੇ ਆਹ ਟਰੈਕਟਰ ਇਹ ਵੈਸੇ ਸਾਂਚਾ ਕੀ ਦਾ ਸੀ ਹੱਥ ਲੜਾ ਜਿਹੜਾ ਪੂਰਾ ਟਰਾਲਾ ਆ ਇਹ ਜੀ ਆਪਣੇ ਪਿੰਡੋਂ ਇੱਕ ਨਾ ਹੈਗਾ ਆਪਣਾ ਸੱਜਣ ਮਿੱਤਰ ਹਰਨੈਲ ਸਿੰਘ ਜਾਂਟੇ ਸਿੱਕਾ ਉਹਦਾ ਜੀ ਜਿਹੜਾ ਹੇਟਲੀ ਚਾਸੀ हां जस्ट ही मतलब ਤੇ ਉਹ ਤੇ ਤੁਸੀਂ ਇਹ ਢਾਂਚਾ ਸਾਰਾ ਇਹ ਖੜਾ ਕਰਤਾ ਕਿੰਨੇ ਦਿਨਾਂ ਚ ਤਿਆਰ ਹੋਇਆ ਸੀ ਇਹ ਜੀ 7 ਦਿਨ ਲੱਗੇ ਤੇ ਇਹ ਬਾਈ ਕਿੰਨੀ ਦੇਰ ਇੱਥੇ ਖੜਾ ਰਹੂਗਾ ਪੂਰੀ ਗਰਮੀ ਗਰਮੀ ਰਹੂਗਾ ਇਹ ਜਿੰਨਾ ਚਿਰ ਮੋਦੀ ਤੋਂ ਆਪਾਂ ਹਲਕੇ ਜਿਹੇ ਡੰਡਾ ਦਿੰਦੇ ਨਹੀਂ ਜੀ ਉਹਨਾਂ ਚਿਰ ਇੱਥੇ ਰੋਏ ਉਸ ਤੋਂ ਬਾਅਦ ਪਿੰਡ ਨੂੰ ਹੀ ਦੇ ਦੇਣਾ ਵੀ ਤੁਸੀਂ ਵਰਤੋ ਜਿਵੇਂ ਵਰਤਣਾ ਯਾਰ ਮੈਂ ਤਾਂ ਆਪਣੇ ਵਾਲਿਆਂ ਸਾਰਿਆਂ ਨੂੰ ਚਲੋ ਆਪਣੀ ਦਾ ਆਪਣਾ ਪਾਸਾ ਇੱਕ ਆਪਾਂ ਤਾਂ ਸਮਝਦੇ ਆ ਮੈਨਾਂ ਇਹ ਰਾਨ ਹੁੰਨਾ ਵੀ ਇੱਕ ਨਾ ਮੈਨੂੰ ਬੰਦਾ ਮਿਲਿਆ ਮਾhavi ਕੀ ਸਰਕਾਰ ਦਾ ਕੀ ਹਿਸਾਬ ਆ ਕਹਿੰਦਾ ਬਸ ਦੁੱਧ ਨਹੀਂ ਲਾਉਂਦੀ ਸਰਕਾਰ ਹੈਨਾ ਉਹ ਮੱਝਾਂ ਵਾਲਾ ਬੱਦੋ ਸੀ ਹੁਣ ਮੱਝਾਂ ਵਾਲੀ ਧਾਰਨਾ ਦਿੱਤੀ ਮੈਨੂੰ ਹੈਨਾ ਤੇ ਮੈਂ ਹੁਣ ਫਿਰ ਕੀ ਕਰਾਂਗੇ ਮੈਂ ਦਾਣਾ-ਦੂਣਾ ਪਾ ਕੇ ਦੇਖ ਲਓ ਕਹਿੰਦਾ ਦਾਣਾ ਕਾਣੂ ਇਹਨੂੰ ਤਾਂ ਕਹਿੰਦਾ ਲੱਤਾਂ 'ਚ ਨਿਆਣਾ ਪਾਉਣਾ ਪਊਗਾ ਮੈਂ ਯਾਰ ਇਹ ਜੀ ਬੰਦੇ ਗੱਲ ਇਹ ਜੀ ਲਿਆਉਂਦੇ ਆ ਕੱਢ ਕੇ ਆਪਣੇ ਵਾਲੇ ਨਾ ਸਿਰਾਲਾ ਦਿੰਦੇ ਬਸ ਹੁਣ ਫਿਰ ਮੈਂ ਪੁਲਿਸ 'ਤੋਂ ਤੇ ਇਹਦਾ ਮਤਲਬ ਮੈਂ ਤੁਸੀਂ ਮੈਂ ਡੰਡੇ ਵਾਲੀ ਗੱਲ ਕਰ ਲਈ ਤੇ ਤੁਸੀਂ ਉਹ ਤੇ ਲੈ ਲਈ ਓਏ ਮੈਨੂੰ ਬਾਈ ਨੇ ਸੋਡੇ ਹੋਣ ਤੋਂ ਪਹਿਲਾਂ ਦੱਸਦਾ ਸੀਗਾ ਵੀ ਭਾਈ ਬਹੁਤ ਸੱਚਾ ਹੈ ਬਾਈ ਨੇ ਧਾਰਨ ਦਿੱਤੀ ਡੰਡੇ ਵਾਲੀ ਉਹ ਜਿਹੜਾ ਮੱਝਾਂ ਵਾਲਾ ਬਾਈ ਸੀਗਾ ਉਹੋ ਜੀ ਗੱਲ ਕਰ ਗਿਆ ਪਰ ਜਿਵੇਂ ਵੀ ਹੋਵੇ ਚਲੋ ਭਾਵੇਂ ਕੋਈ ਡੰਡਾ ਹਨਾ ਪਿਆਰ ਜੋ ਵੀ ਜਿਵੇਂ ਵੀ ਹੋਵੇ ਇਹ ਯਾਰ ਮਸਲਾ ਹੱਲ ਹੋਣਾ ਚਾਹੀਦਾ ਕਿਸਾਨੀ ਦਾ ਮਸਲਾ ਜਿਹੜਾ ਇਹ ਬਹੁਤ ਵੱਡਾ ਮਸਲਾ ਹੈਗਾ ਤੇ ਸਾਨੂੰ ਸਾਰਿਆਂ ਨੂੰ ਹੱਲ ਕਰਾਉਣਾ ਪਊਗਾ ਕਿਉਂਕਿ ਭਾਈ ਸਾਡੇ ਸਰਤੇ ਦਾ ਬਣ ਗਿਆ ਹੁਣ ਅਸੀਂ ਪਿੱਛੇ ਥੋੜੀ ਮੁੜ ਸਕਦੇ ਆਂ ਇਹ ਗੱਲ ਤੋਂ ਸਰਕਾਰ ਜਿਹੜੀ ਵੀ ਆ ਤਾਂ ਫਿਰ ਇੱਥੇ ਵੀ ਤਾਂ ਇਹ ਪ੍ਰਬੰਧ ਬਾਲੇ ਪੱਕੇ ਆ ਪਹਿਲਾਂ ਜਦੋਂ ਅਸੀਂ ਵੀ ਆਉਂਦੇ ਸੀਗੇ ਸਾਨੂੰ ਵੀ ਕਿਸੇ ਟਾਈਮ ਆ ਹੀ ਲੱਗਦਾ ਹੁੰਦਾ ਸੀ ਯਾਰ ਇੱਥੇ ਮੁਸ਼ਕਲ ਹੋ ਜਾਊਗਾ ਗਰਮੀ ਦੇ ਵਿੱਚ ਪਰ ਹੁਣ ਜਿਹੇ ਜਿਹੇ ਪ੍ਰਬੰਧ ਹੋ ਗਿਆ ਜਿਹੜਾ ਬਾਈ ਉਹ ਬਾਲਾ ਕਹਿੰਦਾ ਹੁੰਦਾ ਸੀ ਮੈਨੂੰ ਵੀ ਇੰਟਰਵਿਊ ਕਰ ਇੰਟਰਵਿਊ ਕਰ ਉਹ ਕਿੱਥੇ ਆਈ ਆਈ ਹਾਂ ਤੂੰ ਨਾ ਪਿੱਛੇ ਰਹਿ ਜੀ ਕਿਤੇ ਮੜ ਕੇ ਮੈਨੂੰ ਕੱਲ ਨੂੰ ਲਾਂਬੇ ਦੇ ਹੀ ਚੱਲੇ ਅੱਛਾ ਪਹਿਲਾਂ ਹਣਾ ਹੁਣ ਇੱਥੇ ਪ੍ਰਬੰਧ ਵਾਲਾ ਤਾਂ ਬਹੁਤ ਆਇਆ ਉਹ ਪਿੰਡ 'ਚ ਵੀ ਆਪਾਂ ਪਿੰਡ ਕਲੇਫਰਨੀਆ ਉੱਥੇ ਬਹੁਤ ਪ੍ਰਬੰਧ ਆਇਆ ਲੋਕਾਂ ਨੂੰ ਬਹੁਤ ਜ਼ਿਆਦੇ ਬਾੰਸ ਦੇ ਘਰ ਦੇ ਰਹੇ ਡਾਕਟਰ ਸਵਾਇ ਮਾਨ ਉਹਨਾਂ ਦੇ ਬਹੁਤ ਬਹੁਤ ਧੰਨਵਾਦ ਇੱਥੇ ਹੀ ਲੋਕਾਂ ਦੀ ਸੇਵਾ ਕਰ ਰਹੇ ਆ ਯਾਰ ਤੂੰ ਤਾਂ ਰਿਟਾਇਰ ਰਟਾਇਆ ਨਾ ਜਿਵੇਂ ਹੁਣ ਮਤਲਬ ਕਈ ਵਾਰੀ ਲੀਡਰ ਆਏ ਨਹੀਂ ਮੈਨੂੰ ਐਂ ਦੱਸ ਵਧੀਆ ਬਣ ਗਈਆਂ ਝੌਂਪੜੀਆਂ ਬਹੁਤ ਵਧੀਆ ਝੁੱਗਣੀਆਂ ਬਣੀਆਂ ਜੀ ਲੋਕਾਂ ਨੂੰ ਬਹੁਤ ਜ਼ਿਆਦੇ ਬਾੰਸ ਦੇ ਘਰਾਂ ਦੀ ਸਪਲਾਈ ਬਾਕੀ ਜੋ ਆਪਣੇ ਤਿੰਨ ਥਾਂ ਪਿੰਡਾਂ ਵਾਲੇ ਬੈਠੇ ਆ ਇਹਨਾਂ ਨੂੰ ਵੀ ਸੇਵਾ ਦਾ ਸਮਾਨ ਪਹੁੰਚਾ ਰਹੇ ਆ ਅੱਛਾ ਹੋਰ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਵੀ ਜੇ ਮੈਂ ਹੋਰ ਕਿਸੇ ਵੀ ਪਾਸੇ ਵਾਲਿਆਂ ਕੋਲੇ ਬੈਠਾ ਹੁੰਦਾ ਮੈਨੂੰ ਉਹਨਾਂ ਨੇ ਕਹਿਣਾ ਸੀ ਵੀ ਯਾਰ ਇਹਨੂੰ ਤਾਂ ਬੋਲਣ ਦਾ ਹੀ ਨਹੀਂ ਪਤਾ ਆਪਣਾ ਪਾਸਾ ਇਹ じゃ ਆਪਾਂ ਨੂੰ ਆਪਦੀ ਬੋਲੀ ਦਾ ਪਤਾ ਵੀ ਆਪਾਂ ਅਹੀਂ ਬੋਲਦੇ ਆ ਇੱਕ ਦੂਜੇ ਨੂੰ ਆਪਾਂ ਤਾਂ ਜਿਹੇ ਜਾ ਹਾਲ ਪੁੱਛ ਲਗੇ ਜਿਹੇ ਜੀ ਡਾਂਗ ਮਾਰ ਲਗੇ ਕੋਈ ਹਸਾਵ ਆ ਉਹ ਸੋ ਪਈਏ ਸਾਡਾ ਪਾਸਾਗਾ ਤੇ ਬਹੁਤ ਮੁਬਾਰਕ ਗੱਲ ਆ ਵੀ ਇੱਥੇ ਬੈਠਾ ਸਾਰਿਆਂ ਦੀ ਸੇਵਾ ਚ ਓ ਬਾਈ ਆ ਬਾਈ ਵਰਗੇ ਪਹਿਲੇ ਦਿਨ ਤੋਂ ਬੈਠਿਆ ਬਾਈ ਜਿਹੜੇ ਆਹ ਪਿੰਡ ਕੇ ਲੈਫਾਰਨੀਆਂ ਹੁੰਦੇ ਆ ਹੋਰ ਵੀ ਜਿੰਨੇ ਵੀ ਆ ਸਾਰਿਆਂ ਦੀਆਂ ਫੋਟੋ ਕਿਸੇ ਦਿਨ ਨਹੀਂ ਰਹੂਗੀ ਮੈਂ ਬ话 ਕਰਿਆ ਸੀ ਤੁਸੀਂ ਸਾਰੇ ਸ਼ੋਹ ਦੇ ਵਿੱਚ ਦੇਖ ਹੀ ਲਿਆ ਤੇ ਪਹਿਲਾਂ ਵੀ ਦੇਖਿਆ ਹੁਣ ਫਿਰ ਇੱਕ ਵਾਰੀ ਕਮਾ ਦਿਓ ਸੰਧੂ ਸਾਹਿਬ ਕੈਮਰਾ ਕੋਈ ਮੁੜ ਕੇ ਆਏ ਨਾ ਕਹੇ ਵੀ ਭਾਈ ਮੈਂ ਘਟ ਆਇਾਂਗਾ ਤੇ ਇਧਰਲੇ ਪਾਸੇ ਵੀ ਬਾਈ ਆ ਹੋ ਗਏ ਸੈਟ ਜੇ ਭਜਾ ਕੇ ਨਾਲ ਜੇ ਤੂੰ ਤਾਂ ਜਿਵੇਂ ਲੰਬਾ ਪਿਆ ਟਰਾਲੀ 'ਚ ਇਹ ਸਾਰੇ ਬਾਈ ਮੁਬਾਰਕ ਆ ਆਫ ਦਿ ਆਪ ਚਲੂਕ ਸਾਨੂੰ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਕਰੀ ਆ ਤੇ ਇੱਥੇ ਇਹ ਡਟੇ ਹੋਇਆ ਇਹ ਸਾਡੇ ਸੂਰਮੇ ਆ ਫਿਲਮਾਂ ਦੇ ਵਿੱਚ ਵਾਲੇ ਹੀਰੋ ਤਾਂ ਅਸੀਂ ਬਚਪਨ ਤੋਂ ਦੇਖਦੇ ਹੁੰਦੇ ਸੀਗੇ ਹਨਾ ਵੀ ਉਹ ਕਿਸੇ ਦਾ 2.5 ਕਿਲੋ ਦਾ ਹੱਥ ਕੋਈ ਕਹਿੰਦਾ ਮੇਰਾ ਕੋਈ ਕਹਿੰਦਾ ਮੈਂ ਤਾਂ ਐ ਕਰ ਦਿੰਨਾ ਪਰ ਜਿਹੜੇ ਅਸਲੀ ਹੀਰੋ ਨਿਕਲੇ ਉਹ ਆ ਲੋਕ ਆ ਤੇ ਸਾਨੂੰ ਇਹੀ ਮੁਬਾਰਕ ਆ ਬਹੁਤ ਬਹੁਤ ਧੰਨਵਾਦ